ਅੱਲਾਹ ਦੀ ਤਸਬੀਹ ਬਿਆਨ ਕੀਤਾ ਕਰੋ। ਕੋਸ਼ਿਸ਼ ਕਰੋ ਆਪਣੀ ਜੇਬ ਵਿੱਚ ਇੱਕ ਤਸਬੀਹ ਰੱਖੋ। ਇਹ ਮੈਂ ਤੁਹਾਨੂੰ ਦੱਸਣ ਲੱਗਾ ਜੇ ਤਰੀਕਾਕਾਰ। ਦੁਕਾਨ 'ਤੇ ਹੋ, ਕਾਰੋਬਾਰ 'ਤੇ ਹੋ, ਜਿੱਥੇ ਵੀ ਘਰ ਬੈਠੇ ਹੋ, ਜਿੱਥੇ ਵੀ ਹੋ, ਇੱਕ ਤਸਬੀਹ ਕੋਲ ਰੱਖੋ। ਉਹਦਾ ਤੁਹਾਨੂੰ ਫਾਇਦਾ ਦੱਸਣ ਲੱਗਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ, ਹਜ਼ੂਰ ਨੇ ਫਰਮਾਇਆ, ਇੱਕ ਬੰਦਾ ਉਹਦ ਪਹਾੜ ਜਿੰਨਾ ਸੋਨਾ ਅੱਲਾਹ ਦੀ ਰਾਹ ਵਿੱਚ ਖਰਚ ਕਰੇ। ਕਿੰਨਾ ਜੀ? ਉਹਦ ਪਹਾੜ ਜਿੰਨਾ। ਕਿੰਨਾ? ਉਹਦ ਪਹਾੜ ਜਿੰਨਾ ਸੋਨਾ ਅੱਲਾਹ ਦੀ ਰਾਹ ਵਿੱਚ ਖਰਚ ਕਰੇ ਅਤੇ ਦੂਸਰਾ ਬੰਦਾ ਸਾਰਾ ਦਿਨ ਅੱਲਾਹ ਦੀ ਤਸਬੀਹ ਪੜ੍ਹੇ। ਸੁਬਹਾਨ ਅੱਲਾਹ। ਕੀ ਕਰੇ? ਅੱਲਾਹ ਦੀ ਤਸਬੀਹ। ਤਸਬੀਹ ਕੀ ਹੈ? ਕੀ ਪੜ੍ਹਨਾ ਜੇ ਤੁਹਾਨੂੰ ਦੱਸਣ ਲੱਗਾ ਉਹ ਵੀ ਦੱਸਾਂਗਾ। ਸਾਰਾ ਦਿਨ ਅੱਲਾਹ ਦੀ ਤਸਬੀਹ ਬਿਆਨ ਕਰੇ। ਮੇਰੇ ਮਹਿਬੂਬ ਕਰੀਮ ਨਬੀ ਨੇ ਫਰਮਾਇਆ, ਸੋਨਾ ਅੱਲਾਹ ਦੀ ਰਾਹ ਵਿੱਚ ਦੇਣ ਵਾਲੇ ਤੋਂ ਜ਼ਿਆਦਾ ਅੱਲਾਹ ਉਸ ਬੰਦੇ ਨੂੰ ਸਵਾਬ ਅਤਾ ਫਰਮਾਉਂਦਾ ਜਿਹੜਾ ਸਾਰਾ ਦਿਨ ਉਹਦੀ ਤਸਬੀਹ ਬਿਆਨ ਕਰਦਾ ਹੈ, ਜਿਹੜਾ ਸਾਰਾ ਦਿਨ ਉਹਦਾ ਜ਼ਿਕਰ ਕਰਦਾ, ਸਾਰਾ ਦਿਨ ਉਹਦੀ ਤਾਰੀਫ ਕਰਦਾ। ਪੜ੍ਹਨਾ ਕੀ ਹੈ? ਇਹ ਤੁਹਾਨੂੰ ਦੱਸਣ ਲੱਗਾ। ਤੁਸੀਂ ਆਪ ਹੀ ਰਿਜ਼ਲਟ ਵੇਖੋਗੇ, ਤੁਸੀਂ ਅਜ਼ਮਾ ਕੇ ਵੇਖ ਲਓ। 10-12 ਦਿਨ ਤੁਸੀਂ ਕਰ ਲਵੋ, ਫਿਰ ਤੁਸੀਂ ਵੇਖੋਗੇ ਕਿਸ ਤਰ੍ਹਾਂ ਅੱਲਾਹ ਕਰਮ ਫਰਮਾਏਗਾ, ਰੇਲਾਂ ਫੇਲਾਂ ਹੁੰਦੀਆਂ ਨੇ। ਬਾਬਾ ਜੀ, ਹਰ ਜਾਨਵਰ, ਹਰ ਪਰਿੰਦਾ ਅੱਲਾਹ ਦੀ ਤਸਬੀਹ ਬਿਆਨ ਕਰਦਾ। ਸੁਬਹਾ ਕਦੀ ਉੱਠੇ ਹੋਈ ਹੋ ਨਾ, ਅਤੇ ਐਸੀ ਐਸੀ ਪਰਿੰਦਿਆਂ ਦੀ ਆਵਾਜ਼ ਆਉਂਦੀ ਹੈ ਕਿ ਜਿਹੜੀ ਬੰਦੇ ਕਦੀ ਸੁਣੀ ਵੀ ਨਹੀਂ ਹੁੰਦੀ। ਕਸਮ ਖੁਦਾ ਦੀ, ਉਹ ਸੁਬਹ ਉੱਠ ਕੇ ਅੱਲਾਹ ਦੀ ਤਾਰੀਫ ਬਿਆਨ ਕਰਦੇ ਨੇ। ਕਦੀ ਕੁੱਕੜ ਨੂੰ ਬਾਂਗ ਦਿੰਦੇ ਆ ਵੇਖਿਆ ਜੇ? ਬਾਂਗ ਕਿਉਂ ਕਹਿੰਦੇ ਨੇ? ਵੀ ਕੁੱਕੜ ਬਾਂਗ ਪਿਆ ਦਿੰਦਾ, ਉਹ ਕੁੱਕੜ ਵੀ ਅੱਲਾਹ ਦੀ ਤਸਬੀਹ ਬਿਆਨ ਕਰਦਾ, ਉਹ ਮੁਰਗਾ ਵੀ ਅੱਲਾਹ ਦੀ ਕੀ ਕਰਦਾ। ਇਹ ਮੈਂਢਕ ਵੇਖੇ ਜੇ ਹੁਣ ਫਸਲਾਂ ਵਿੱਚ, ਇਹ ਪੈਲੀਆਂ ਵਿੱਚ ਮੈਂਢਕ ਡੱਡੂ ਬੜੇ, ਮੈਂਢਕ ਵੀ ਅੱਲਾਹ ਦੀ ਤਾਰੀਫ ਬਿਆਨ ਕਰਦੇ ਨੇ, ਅੱਲਾਹ ਦੀ ਹਮਦੋ ਸਨਾ ਕਰਦੇ। ਜੇ ਹਰ ਜਾਨਵਰ, ਹਰ ਪਰਿੰਦ, ਹਰ ਚਰਿੰਦ ਅੱਲਾਹ ਦੀ ਤਾਰੀਫ, ਅੱਲਾਹ ਦੀ ਤਸਬੀਹ ਬਿਆਨ ਕਰਦਾ ਪਿਆ, ਤਸਬੀਹ ਬਿਆਨ ਕਰਦਾ ਪਿਆ। ਸਿਰਫ ਕਰਦਾ ਨਹੀਂ ਤੇ ਇਨਸਾਨ ਨਹੀਂ ਕਰਦਾ, ਕਰਦਾ ਨਹੀਂ ਤੇ ਮੈਂ ਤੂੰ ਨਹੀਂ ਕਰਦਾ, ਬਾਕੀ ਸਾਰੇ ਕਰਦੇ ਨੇ। ਤਵੱਜੋ ਕਰਿਓ, ਤਸਬੀਹ ਬਿਆਨ ਕਿਵੇਂ ਕਰਨੀ ਹੈ? ਤਸਬੀਹ ਲੈ ਲਓ, ਉਹਦੇ 'ਤੇ ਪੜ੍ਹਨਾ ਕੀ ਹੈ? ਸੁਬਹਾਨ ਅੱਲਾਹੀ ਵਬੀ ਹਮਦੀ ਸੁਬਹਾਨ ਅੱਲਾਹੀ ਲਾਜ਼ੀਮ। ਇਹ ਕੋਈ ਔਖਾ ਤਾਂ ਨਹੀਂ ਦੱਸਿਆ ਜੀ, ਕੋਈ ਵੱਡਾ ਤਾਂ ਨਹੀਂ ਵਜ਼ੀਫਾ, ਵੱਡਾ ਜੁਮਲਾ ਤਾਂ ਨਹੀਂ? ਸੁਬਹਾਨ ਅੱਲਾਹੀ ਵਬੀ ਹਮਦੀ ਸੁਬਹਾਨ ਅੱਲਾਹੀ ਲਾਜ਼ੀਮ, ਸੁਬਹਾਨ ਅੱਲਾਹੀ ਵਬੀ ਹਮਦੀ ਸੁਬਹਾਨ ਅੱਲਾਹੀ ਲਾਜ਼ੀਮ। ਇਹ ਕਰਕੇ ਵੇਖ, ਤੂੰ ਆਪਣੇ ਨਾਲ ਪੜ੍ਹ ਕੇ ਵੇਖ, ਤਸਬੀਹ ਲੈ ਲੈ, ਪੜ੍ਹ ਕੇ ਵੇਖ ਰੋਜ਼ਾਨਾ। ਅਗਲਾ ਜੁਮਾ ਛੱਡ ਕੇ ਉਸ ਤੋਂ ਅਗਲਾ ਜੁਮਾ ਮੈਨੂੰ ਦੱਸੀ ਵੀ ਮੈਂ ਕਿਹੜੇ ਕਿਹੜੇ ਕੰਮ ਮੇਰੇ ਹੋਏ ਨੇ ਅਤੇ ਕਿਹੜੇ ਕਿਹੜੇ ਰਹਿ ਗਏ ਨੇ। ਯਾਰ, ਅੱਲਾਹ ਦੀ ਹਮਦੋ ਸਨਾਹ ਤੇ ਬਿਆਨ ਕਰੋ, ਅੱਲਾਹ ਦੀ ਤਸਬੀਹ ਤੇ ਬਿਆਨ ਕਰੋ। ਇਹ ਵੇਖੋ, ਵਿਹਲਿਆਂ ਵੀ ਤਾਂ ਬਹਿਣਾ ਨਾ, ਬੰਦਾ ਕੰਮ ਲੱਗਿਆ ਨਾਲ ਤਸਬੀਹ ਪੜ੍ਹੀ ਜਾ ਰਿਹਾ, ਗੱਲਾਂ ਫਜ਼ੂਲ ਕਰਨ ਨਾਲ, ਕਿਸੇ ਦੀ ਚੁਗਲੀ ਕਰਨ ਨਾਲ, ਕਿਸੇ ਦੀ ਗੀਬਤ ਕਰਨ ਨਾਲ, ਬਿਹਤਰ ਇਹ ਵੀ ਅੱਲਾਹ ਦੀ ਤਸਬੀਹ ਪੜ੍ਹੋ, ਅੱਲਾਹ ਦੀ ਹਮਦੋ ਸਨਾਹ ਕਰੋ। ਤੁਹਾਡਾ ਦਿਲ ਵੀ ਪਾਕ, ਤੁਹਾਡੀ ਜ਼ੁਬਾਨ ਵੀ ਪਾਕ, ਤੁਹਾਡੀ ਰੂਹ ਵੀ ਪਾਕ, ਫਿਰ ਤਸਬੀਹ ਨਾਲ ਜਿਹੜੀ ਦੁਆ ਕਰੋਗੇ ਅੱਲਾਹ ਉਹ ਵੀ ਕਬੂਲ ਫਰਮਾਈ ਜਾਏਗਾ। ਇਸ ਵਾਸਤੇ ਫਜ਼ੂਲ ਬਹਿਣ ਨਾਲ, ਫਜ਼ੂਲ ਬੈਠਣ ਨਾਲ, ਕਈ ਵਾਰੀ ਦੁਕਾਨਾਂ ਅਤੇ ਹੋਟਲਾਂ 'ਤੇ ਵੀ ਲਿਖਿਆ ਹੁੰਦਾ ਵੀ ਫਜ਼ੂਲ ਬਹਿਣਾ ਲਿਖਿਆ ਹੁੰਦਾ ਨਾ ਜੀ, ਇਹ ਤੁਸੀਂ ਪੜ੍ਹਿਆ ਹੋਣਾ, ਫਜ਼ੂਲ ਬੈਠਣਾ ਮਨਾ, ਉੱਥੇ ਫਜ਼ੂਲ ਬਹਿਣਾ ਮਨਾ ਵੇ। ਅਤੇ ਬੰਦਾ ਕਿਸੇ ਨਾ ਕਿਸੇ ਕੰਮ ਲੱਗਾ ਰਹੇ, ਤਸਬੀਹ ਵੀ ਬਿਲਕੁਲ ਛੋਟੀ ਜਿਹੀ ਦਸੀ ਅਤੇ ਬੜੀ ਵੱਡੀ ਤਸਬੀਹ। ਇਹ ਜਿਹੜਾ ਮੈਂਢਕ ਹੈ ਨਾ ਡੱਡੂ, ਉਹ ਵੀ ਇਹੀ ਪੜ੍ਹਦਾ ਜੇ ਜੋ ਮੈਂ ਤੁਹਾਨੂੰ ਦੱਸਿਆ, ਸੁਬਹਾਨ ਅੱਲਾਹੀ ਵਬੀ ਹਮਦੀ ਸੁਬਹਾਨ ਅੱਲਾਹੀ ਲਾਜ਼ੀਮ। ਇਹ ਮੈਂਢਕ ਦੀ ਤਸਬੀਹ, ਅੱਲਾਹ ਨੂੰ ਉਹਦੇ ਜ਼ਿੰਮੇ ਲਾਈ ਹੈ, ਮੈਂਢਕ ਹੈ ਤਸਬੀਹ ਪੜ੍ਹਦਾ ਜੇ। ਅਤੇ ਇਹ ਤੁਸੀਂ ਵੀ ਪੜ੍ਹ ਕੇ ਵੇਖੋ ਅਤੇ ਵੇਖੋ ਅੱਲਾਹ ਦਾ ਕਿੱਡਾ ਫਜ਼ਲ ਹੋਵੇਗਾ, ਅੱਲਾਹ ਦੀ ਕਿੱਡੀ ਮਿਹਰਬਾਨੀ ਹੋਵੇਗੀ। ਫਾਇਦਾ ਤਾਂ ਤਾਂ ਬੰਦੇ ਇੱਥੇ ਆਏ ਨੇ ਤਾਂ ਕੁਝ ਲੈ ਕੇ ਜਾਣ, ਅਤੇ ਜੇ ਤੁਸੀਂ ਸ਼ੇਰ ਹੀ ਸੁਣ ਕੇ ਟੁਰ ਜਾਣਾ, ਸੋਰੀ ਸੁਣ ਕੇ ਟੁਰ ਜਾਣਾ, ਤਾਂ ਫਾਇਦਾ ਕੀ ਜੀ? ਜੁੰਮਾ ਹੈ ਨਾ ਜੀ,
ਕੁਝ ਲੈ ਕੇ ਜਾਓ।